ਸਤਿ ਸ਼੍ਰੀ ਅਕਾਲ ਦੋਸਤੋ, ਜੋ ਮਾਸਟਰ ਕੈਡਰ ਦੀਆਂ ਪੋਸਟਾਂ ਦਾ ਜੋ ਲਿੰਕ ਅਪਡੇਟ ਨਹੀਂ ਹੋ ਰਿਹਾ ਸੀ, ਆਖਿਰਕਾਰ ਅੱਜ ਅਪਡੇਟ ਹੋਇਆ 1 ਮਾਰਚ ਨੂੰ, ਰਿਕਰੂਟਮੈਂਟ ਆਫ ਵੇਰੀਅਸ ਪੋਸਟ ਆਫ ਮਾਸਟਰ ਕੈਡਰ 2020। ਸੋ ਇਹ ਤਾਂ ਪਹਿਲੇ 28 ਫਰਵਰੀ ਦੀਆਂ ਨੋਟੀਫਿਕੇਸ਼ਨ ਨਹੀਂ ਸੀ, 1-2 ਦਿਨ ਤੋਂ ਚੈੱਕ ਕਰ ਰਹੇ ਸੀ, ਅਤੇ ਇਹਨੂੰ ਹੁਣ ਜਦੋਂ ਕਲਿੱਕ ਕਰਾਂਗੇ ਇਸ ਜਗ੍ਹਾ 'ਤੇ ਲਿੰਕ 'ਤੇ, ਤਾਂ ਤੁਹਾਨੂੰ ਅਲੱਗ ਅਲੱਗ ਪੋਸਟਾਂ ਦੇ ਜੋ ਕੈਡਰ ਨੇ ਉਹਨਾਂ ਦੀ ਜੋ ਪੂਰੀ ਜਾਣਕਾਰੀ ਹੈ ਤਰਤੀਬ ਵਾਈਜ਼ PDF ਦੀ ਫੋਰਮ ਵਿੱਚ ਮਿਲ ਜਾਏਗੀ। ਅਤੇ ਇਹਦੀ ਜੋ ਰਜਿਸਟ੍ਰੇਸ਼ਨ ਹੈ ਦੋਸਤੋ, 2 ਤਰੀਕ ਤੋਂ ਸਟਾਰਟ ਹੋ ਰਹੀ ਹੈ, ਮੇਨ ਗੱਲ ਨਿਰਧਾਰਤ ਹੋ ਰਹੀ ਹੈ, ਇੱਥੇ ਦੱਸੀ ਗਈ ਹੈ। ਅਤੇ ਕੋਸ਼ਿਸ਼ ਕਰਦੇ ਹਾਂ ਹੁਣ ਤੁਹਾਨੂੰ ਦੱਸਣ ਦੀ ਵੀ ਕਿਸ ਤਰ੍ਹਾਂ ਕਿੰਨੀਆਂ ਪੋਸਟਾਂ ਨੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਮੇਰੇ ਚੈਨਲ ਨੂੰ ਜੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ, ਅਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੋ ਤਾਂ ਕਿ ਦੋਸਤਾਂ ਨੂੰ ਹੈਲਪ ਹੋ ਸਕੇ। ਨਾਲ ਹੀ ਮੈਂ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਮੇਰੇ ਸੱਜਣਾਂ ਨੇ, ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਵਾਸਤੇ, ਕਿਉਂਕਿ ਮੈਂ ਵੀ ਕਾਫੀ ਮਿਹਨਤ ਦੇ ਨਾਲ ਚੈਨਲ 'ਤੇ ਕੰਮ ਕਰ ਰਿਹਾ, ਅਤੇ ਮੈਂ MSc ਜੋਲੋਜੀ CSIR ਨੈੱਟ ਕੁਆਲੀਫਾਈਡ ਹਾਂ, ਅਤੇ ਕਾਫੀ ਨੋਟਸ ਮੈਂ ਤਿਆਰ ਕੀਤੇ ਨੇ ਬੋਟਨੀ ਐਂਡ ਜੋਲੋਜੀ ਦੇ। ਅਤੇ ਜਿਹੜੇ ਮੇਰੇ ਸੱਜਣ ਲੈਣਾ ਚਾਹੁੰਦੇ ਨੇ ਨੋਟਸ, ਉਹ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਨੇ, ਅਤੇ ਬੋਟਨੀ ਜੋਲੋਜੀ ਟੋਟਲ ਸਿਲੇਬਸ ਦੇ ਜੋ PDF ਨੇ ਤੁਹਾਨੂੰ ਮੁਹੱਈਆ ਹੋ ਜਾਣਗੇ। ਇਹਨਾਂ ਦਾ ਜੋ ਪੈਸੇ ਨੇ ਇਹ 4000 ਰੁਪਏ ਦੇ ਵਿੱਚ ਤੁਹਾਨੂੰ ਨੋਟਿਸ ਮਿਲ ਜਾਣਗੇ, ਪਰ ਟੋਪਿਕ ਤੁਹਾਨੂੰ PDF ਮਿਲ ਜਾਏਗੀ, ਤਾਂ PDF ਤੁਹਾਡੀ ਮੇਲ 'ਤੇ ਸੈਂਡ ਕਰ ਦਿੱਤੀ ਜਾਏਗੀ। ਅਤੇ ਦੋਸਤੋ, ਜੇ ਕੋਈ ਮੇਰਾ ਸੱਜਣ ਚਾਹਵਾਨ ਹੋਇਆ ਤਾਂ ਹੁਣੇ ਬੁਕਿੰਗ ਕਰਾ ਸਕਦਾ, ਅਤੇ ਨੋਟਿਸ ਉਹਨਾਂ ਨੂੰ ਮਿਲ ਜਾਣਗੇ। ਤਾਂ ਚਲੀਏ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲੇ ਇੱਥੇ ਦੱਸਿਆ ਹੈ ਹਿੰਦੀ ਦੇ ਬਾਰੇ, ਤਾਂ ਹਿੰਦੀ 'ਤੇ ਕਲਿੱਕ ਕਰਾਂਗੇ। ਨਾਲ ਹੀ ਇੱਥੇ ਦੱਸਿਆ ਹੈ ਸੋਸ਼ਲ ਸਟੱਡੀ ਦਾ, ਤਾਂ ਪਹਿਲੇ ਹਿੰਦੀ ਦੀ ਨੋਟੀਫਿਕੇਸ਼ਨ ਦੇਖਦੇ ਹਾਂ। ਸੋ ਇਹ ਨੋਟੀਫਿਕੇਸ਼ਨ ਹਿੰਦੀ ਦੀ ਹੈ, ਇਹਦੇ ਵਿੱਚ ਜੋ ਟੋਟਲ ਅਸਾਮੀਆਂ 40 ਨੇ, ਕੈਟਾਗਰੀਆਂ ਜੋ ਇਹਨਾਂ ਨਾਲ ਸ਼ਾਮਿਲ ਕੀਤੀਆਂ ਨੇ, ਜਰਨਲ SC MNV SC RNO SC ਫੌਜੀ MNV SC ਫੌਜੀ RNO SC ਸਪੋਰਟਸਮੈਨ MNV SC ਖਿਡਾਰੀ RNO BC ਸਾਬਕਾ ਫੌਜੀ, ਜਰਨਲ ਖਿਡਾਰੀ, ਆਜ਼ਾਦੀ ਘੁਲਾਟੀਏ ਯਾਨੀ ਫਰੀਡਮ ਫਾਈਟਰ, ਸਾਬਕਾ ਫੌਜੀ, ਜਨਰਲ। ਅੰਗਹੀਣ ਦੇ ਵਿੱਚ ਵਿਜ਼ੂਅਲ ਇੰਪੇਅਰ, ਹੇਅਰਿੰਗ ਇੰਪੇਅਰ 1-1, ਅਤੇ ਇਕਨੋਮਿਕਲੀ ਵੀਕਲ ਸੈਕਸ਼ਨ ਵੀ ਇੱਥੇ ਇਨਕਲੂਡ ਹੋ ਗਿਆ ਹੈ, ਜਨਰਲ ਵਰਗ। ਅਤੇ ਦੋਸਤੋ, ਤੁਸੀਂ ਦੇਖ ਸਕਦੇ ਹੋ ਇਹ ਜੋ 40 ਅਸਾਮੀਆਂ ਨੇ ਇਹਨਾਂ ਦੀ ਵੰਡ ਦੇਖ ਸਕਦੇ ਹੋ, ਅਤੇ ਮੈਂ ਬੋਲ ਕੇ ਦੱਸਾਂਗਾ ਤਾਂ ਜ਼ਿਆਦਾ ਹੋ ਜਾਏਗਾ। ਮੇਨ ਇੱਥੇ ਗੱਲ ਕਰਦੇ ਹਾਂ ਵੀ ਕਿਆ ਕਿਆ ਐਲੀਜੀਬਿਲਿਟੀ ਹੈ, ਸਾਰੀਆਂ ਪੋਸਟਾਂ ਲਈ ਐਲੀਜੀਬਿਲਿਟੀ ਸੇਮ ਹੀ ਹੈ। ਗ੍ਰੈਜੂਏਸ਼ਨ ਮਿਨੀਮਮ 45% ਨੰਬਰ ਜਰਨਲ ਦੇ, ਅਤੇ 40% SC ਨੇ ਕਿਤੇ ਹੋਣੇ ਚਾਹੀਦੇ ਹੈ। ਉਹਦੇ ਬਾਅਦ ਟੈਟ ਜੋ 2 ਹੈ, ਪਾਸ ਹੋਣਾ ਬੜਾ ਜ਼ਰੂਰੀ ਹੈ, ਅਤੇ ਇਹ ਟੈਟ ਪੁਰਾਣਾ ਹੀ ਹੋਣਾ ਚਾਹੀਦਾ ਹੈ। ਨੋਟੀਫਿਕੇਸ਼ਨ ਤੋਂ ਪਹਿਲਾਂ ਅਸਾਈਮੀਆਂ ਭਰਨ ਲਈ ਸੰਬੰਧੀ ਸਟੇਟ ਪੱਧਰ 'ਤੇ ਲਿਖਤੀ ਟੈਸਟ ਹੋਵੇਗਾ, 150 ਨੰਬਰ ਦਾ। ਇਹਦੇ ਵਿੱਚ ਜੋ ਸਿਲੇਬਸ ਹੈ ਉਹ ਪਹਿਲੇ ਪਤਾ ਹੈ, ਅਤੇ ਟੈਟ ਦੇ ਨੰਬਰ ਨਹੀਂ ਜੋੜੇ ਜਾਣਗੇ। ਜੇਕਰ 1 ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਬਰਾਬਰ ਨੰਬਰ ਆਉਂਦੇ ਹਨ, ਤਾਂ ਸਮੈਰਿਟ 'ਚ ਪਹਿਲਾ ਆਏਗਾ ਜਿਸ ਦੇ ਅੰਕ ਉਮਰ ਅਤੇ ਗ੍ਰੈਜੂਏਸ਼ਨ, ਯਾਨੀ ਉਮਰ ਅਤੇ ਗ੍ਰੈਜੂਏਸ਼ਨ ਦੇ ਹਿਸਾਬ ਨਾਲ ਦੇਖਿਆ ਜਾਏਗਾ। ਤਨਖਾਹ 10,300 ਮਿਲਣੀ ਹੈ ਪ੍ਰਤੀ ਮਹੀਨਾ, ਅਤੇ ਸਰਕਾਰ ਦੇ ਪ੍ਰੋਵਿਸ਼ਨ ਵਿਭਾਗ ਜੋ ਹੈ, ਪਰਸੋਨਲ ਵਿਭਾਗ, ਮਿਤੀ 5/9/2016 ਦੇ ਅਨੁਸਾਰ ਬਾਕੀ ਸ਼ਰਤਾਂ ਜੋ ਹੈ ਉਹੀ ਹੋਣਗੀਆਂ। ਉਮੀਦਵਾਰ ਦੀ ਜੋ ਉਮਰ ਹੈ 18 ਤੋਂ 37 ਸਾਲ, ਪਛੜੀ ਜਾਤੀ ਨੂੰ 5 ਸਾਲ, ਅਤੇ ਪੰਜਾਬ 'ਚ ਜੋ ਸੇਵਾ ਕਰ ਰਹੇ ਨੇ ਕਰਮਚਾਰੀ 45 ਸਾਲ ਤੱਕ ਅਪਲਾਈ ਕਰ ਸਕਦੇ ਨੇ। ਵਿਧਵਾ ਅਤੇ ਤਲਾਕਸ਼ੁਦ ਔਰਤਾਂ ਜੋ 42 ਸਾਲ ਤੱਕ ਅਪਲਾਈ ਕਰ ਸਕਦੀਆਂ ਨੇ। ਵਿਸ਼ਨੀਕ ਜੋ ਵਿਕਲਾਂਗ ਨੇ ਉਹਨਾਂ ਨੂੰ 10 ਸਾਲ ਦੀ ਛੋੜ ਦਿੱਤੀ ਗਈ ਹੈ। ਬਾਕੀ ਬਿਨੈ ਪੱਤਰ 2 ਜਰਨਲ ਦੀ ਫੀਸ ਹੈ 1000 ਰੁਪਿਆ ਹੈ, ਰਿਜ਼ਰਵ ਕੈਟਾਗਰੀ ਦੀ 500, ਅਤੇ ਸਾਬਕਾ ਫੌਜੀ ਨੂੰ ਕੋਈ ਫੀਸ ਨਹੀਂ ਲੱਗੇਗੀ, ਇਹਨਾਂ ਦੀ ਇਗਜ਼ੈਂਪਸ਼ਨ ਦਿੱਤੀ ਗਈ ਹੈ। ਬਾਕੀ ਸ਼ਰਤਾਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ। ਇਹਦੇ ਵਿੱਚ ਸਰਟੀਫਿਕੇਟ ਜੋ ਹੈ ਉਹ ਦੇਣੇ ਜ਼ਰੂਰੀ ਨੇ, ਅਤੇ ਸਰਟੀਫਿਕੇਟ ਨੋਟੀਫਿਕੇਸ਼ਨ ਤੋਂ ਪਹਿਲੇ ਬਣੇ ਹੋਏ ਨੇ ਚਾਹੀਦੇ ਨੇ। ਬਾਕੀ ਟੈਟ ਜੋ ਹੈ, ਉਮੀਦਵਾਰ ਦੀ ਵਿੱਦਿਅਕ ਜੋ ਟੈਟ 2 ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲੇ ਦੇ ਬਣੇ ਹੋਣ, ਪਹਿਲੇ ਦੇ ਬਣੇ ਹੋਣੇ ਚਾਹੀਦੇ ਆ ਜਾਂ ਉਤੋਂ ਪਹਿਲੇ ਦੇ, ਯਾਨੀ ਬਾਅਦ 'ਚ ਇਸ ਟੈਟ ਦਾ ਅਪਲਾਈ ਨਹੀਂ ਕਰੇਗਾ। ਔਨਲਾਈਨ ਪ੍ਰੋਸੈਸ ਜੋ ਹੈ ਸਟਾਰਟ ਹੋਣੀ ਹੈ 2 ਤੋਂ ਪਹਿਲਾਂ ਹੀ 29 ਲਿਖਿਆ ਹੋਇਆ, ਅਤੇ ਉਹਦਾ ਸਿਸਟਮ ਸੌਖਾ ਹੈ, ਕੱਲ੍ਹ ਤੋਂ ਅਪਡੇਟ ਹੋ ਜਾਏਗੀ। ਅਤੇ ਦੋਸਤੋ, ਇਹ ਜ਼ਰੂਰੀ ਸ਼ਰਤਾਂ ਸੀ, ਅਤੇ ਬਾਕੀਆਂ ਵਿੱਚ ਵੀ ਇਹੀ ਲਾਗੂ ਹੋਣਗੀਆਂ। ਹੁਣ ਮੈਂ ਬਾਕੀ ਪੋਸਟਾਂ ਦੇ ਉੱਤੇ ਜਾਣਾ,
ਹਿੰਦੀ ਦਾ ਨੋਟੀਫਿਕੇਸ਼ਨ ਸੋਰੀ ਦੁਆਰੇ ਹੋ ਰਿਹਾ। ਹੁਣ ਗੱਲ ਕਰਦੇ ਹਾਂ ਸੋਸ਼ਲ ਸਟੱਡੀ ਦੀ। ਜੋ ਸੋਸ਼ਲ ਸਟੱਡੀ ਦੇ ਵਿੱਚ ਟੋਟਲ ਅਸਾਮੀਆਂ ਜੋ ਨੇ 52 ਨੇ, ਇਹਦੇ ਵਿੱਚ ਇਹਨਾਂ ਦੀ ਵੰਡ ਦੇਖ ਲਓ ਧਿਆਨ ਦੇ ਨਾਲ, ਇਹਦਾ ਸਕਰੀਨਸ਼ੋਟ ਲੈ ਲਵੋ। ਅਤੇ ਦੋਸਤੋ ਅਪਲਾਈ ਕਰਨਾ ਜੋ ਹੈ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਵੀ ਤੁਸੀਂ ਕਿਹੜੀ ਕੈਟਾਗਰੀ 'ਚ ਫਾਲ ਕਰਦੇ ਹੋ ਅਤੇ ਕਿੱਥੇ ਵੱਧ ਪੋਸਟਾਂ ਦੀ ਉੱਥੇ ਅਪਲਾਈ ਕਰ ਲਵੋ। ਓਪਨ ਵਿੱਚ ਵੀ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੈਟਾਗਰੀ ਦਾ ਲਾਹਾ ਨਹੀਂ ਲੈਣਾ, ਤਾਂ ਓਪਨ 'ਚ ਅਪਲਾਈ ਕਰ ਸਕਦੇ ਹੋ। ਅਤੇ ਬਾਕੀ ਇੱਥੇ ਦੱਸਿਆ ਗਿਆ 18 ਤੋਂ 37 ਸਾਲ ਦੇ ਦਰਮਿਆਨ ਹੀ ਅਪਲਾਈ ਹੋ ਸਕਦਾ ਹੈ। ਬਾਕੀ ਦੋਸਤੋ ਜੋ ਸ਼ਰਤਾਂ ਨੇ ਉਹੀ ਨੇ ਜੋ ਪਹਿਲੇ ਦੱਸੀਆਂ ਗਈਆਂ ਨੇ, ਇਹਨਾਂ ਵਿੱਚ ਕੋਈ ਵੀ ਮੈਨੂੰ ਲੱਗਦਾ ਹੇਰ ਫੇਰ ਨਹੀਂ ਹੋਏਗੀ। ਹੁਣ ਨੈਕਸਟ ਜੋ ਅਸਾਮੀ ਦੀ ਪੰਜਾਬੀ 'ਤੇ ਕਲਿੱਕ ਕਰਦੇ ਹਾਂ। ਪੰਜਾਬੀ ਦੀਆਂ ਜੋ 60 ਪੋਸਟਾਂ ਨੇ, ਇਹਦੇ ਵਿੱਚ ਵੀ ਤਰਤੀਬ ਵਾਰ ਜੋ ਵੰਡ ਹੈ ਦੱਸੀ ਗਈ ਹੈ, ਵੀ ਧਿਆਨ ਦੇ ਨਾਲ ਦੇਖ ਲਓ ਦੋਸਤੋ। ਅਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਮੇਰਾ ਵੀਡੀਓ ਜ਼ਰੂਰ ਲਾਹਾ ਦੇਵੇਗਾ। ਰਿਜ਼ਰਵੇਸ਼ਨ ਦਾ ਜੋ ਫੈਸਲਾ ਹੈ ਉਹ ਬਾਹਰੋਂ ਨਹੀਂ ਮਿਲੇਗਾ, ਕਿਸੇ ਨੂੰ ਇੱਥੋਂ ਹੀ ਮਿਲੇਗਾ। 10ਵੀਂ ਪੰਜਾਬੀ ਪਾਸ ਹੋਣੀ ਚਾਹੀਦੀ ਹੈ। ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਏਗੀ। ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਰੱਦ ਕਰਨ ਦਾ ਅਧਿਕਾਰ ਵਿਭਾਗ ਵੱਲੋਂ ਪਾਸ ਹੋਵੇਗਾ। ਔਨਲਾਈਨ ਫਾਰਮ ਭਰਨ ਸਮੇਂ ਕਿਸੇ ਵੀ ਗਲਤੀ ਉਮੀਦਵਾਰ ਜ਼ਿੰਮੇਵਾਰ ਹੋਵੇਗਾ। ਔਨਲਾਈਨ ਅਪਲਾਈ ਕਰਨ ਸਮੇਂ ਉਮੀਦਵਾਰਾਂ ਨੂੰ ਸਾਈਬਰ ਕੈਫੇ ਦੀ ਮਦਦ ਲੈਣ ਸਮੇਂ ਭਰਨ ਦੀ ਸਲਾਹ ਅਪਰੂਵਲ ਕਰਨਾ ਜ਼ਰੂਰੀ ਹੈ। ਸਾਰਾ ਉਮੀਦਵਾਰ ਆਪਣੇ ਵੱਲੋਂ ਮੋਬਾਈਲ ਨੰਬਰ, IFSC ਕੋਡ ਮੋਬਾਈਲ ਜੋ ਦੇਣਾ ਚਾਹੀਏ ਜ਼ਰੂਰੀ ਹੈ। ਕਈ ਵਾਰ ਪੋਸਟਾਂ ਰੱਦ ਹੋ ਜਾਂਦੀਆਂ ਨੇ। ਅਗਲੀ ਜੋ ਅਸਾਮੀ ਹੈ ਇਹ ਮੈਥੇਮੈਟਿਕਸ। ਮੈਥੇਮੈਟਿਕਸ ਦੀਆਂ ਦੋਸਤੋ ਜੋ ਪੋਸਟਾਂ 450 ਨੇ, ਇਹਨਾਂ ਦੀ ਵੰਡ ਦੇਖ ਲਓ। ਜਨਰਲ ਦੀਆਂ 176 ਨੇ, M&V ਅਤੇ R&SC ਦੀਆਂ 45-45 ਪੋਸਟਾਂ ਨੇ। ਅਤੇ ਮੇ ਬੀ SC ਕੈਟਾਗਰੀ ਦੇ ਜੋ ਦੋਸਤ ਨੇ ਉਹ ਜਨਰਲ ਦੇ 54 'ਚ ਜਾ ਸਕਦੇ ਨੇ। ਅਤੇ ਜਿਹੜੇ ਮੇਰੇ ਦੋਸਤ ਕਰਨਾ ਚਾਹੁੰਦੇ ਨੇ ਜਨਰਲ ਵਿੱਚ ਵੀ ਅਪਲਾਈ ਕਰ ਸਕਦੇ ਨੇ, ਜੇ ਪੋਸਟਾਂ ਜਿੱਥੇ ਜ਼ਿਆਦਾ ਹੋਣ ਉੱਥੇ ਕੰਪੀਟੀਸ਼ਨ ਥੋੜ੍ਹਾ ਘੱਟ ਹੋ ਜਾਂਦਾ। ਅਤੇ ਬਾਕੀ ਦੋਸਤੋ ਸ਼ਰਤਾਂ ਸੇਮ ਹੀ ਨੇ। ਅਗਲੀ ਜੋ ਅਸਾਮੀ ਹੈ ਸਾਇੰਸ, ਜੋ ਮੇਰਾ ਫੀਲਡ ਹੈ ਸਾਇੰਸ ਦਾ, ਹੁਣ ਦੇਖਦੇ ਹਾਂ। ਸਾਇੰਸ ਦੇ ਵਿੱਚ 700 ਅਸਾਮੀਆਂ ਦੀ ਮੰਗ ਕੀਤੀ ਗਈ ਹੈ। ਇਹਦੇ ਵਿੱਚ 273 ਜਨਰਲ ਦੀਆਂ, 70 SC, R&O, MMB ਅਤੇ ਬਾਕੀ ਵਰਗ ਦਿੱਤੇ ਗਏ ਨੇ। ਇਹਦੇ ਵਿੱਚ BSc 45-40% ਨਾਲ ਹੋਣੀ ਚਾਹੀਦੀ ਹੈ। ਇਹਦੇ ਵਿੱਚ ਯੂਨੀਵਰਸਿਟੀ ਤੋਂ ਸਬਜੈਕਟ 2 ਹੋਣੇ ਜ਼ਰੂਰੀ ਨੇ, ਜਿੱਦਾਂ ਫਿਜਿਕਸ ਜਾਂ ਕੈਮਿਸਟਰੀ, ਮੈਥ ਜਾਂ ਫਿਜਿਕਸ ਮੈਥ ਔਰ ਐਨੀ ਅਦਰ ਇਕੁਬਲੈਂਟ, ਬਟ ਸਰਟੀਫਿਕੇਟ ਇਕੁਬਲੈਂਟ ਸ਼ੁੱਡ ਬੀ ਗਿਵਨ ਯੂਨੀਵਰਸਿਟੀ ਪਰ ਗਾਈਡਲਾਈਨਸ। ਅਤੇ 2 ਹੈ ਮੈਡੀਕਲ ਅਤੇ ਨੋਨ ਮੈਡੀਕਲ ਯੋਗਤਾਵਾਂ ਦੋਨੇ ਨਹੀਂ ਨੇ। ਇਹਦੇ ਵਿੱਚ ਵੀ ਜੋ ਤੁਹਾਡੇ ਕੋਲੋਂ ਆਉਂਦਾ ਹੈ ਮੈਡੀਕਲ ਵਾਲੇ ਦਾ ਬਾਇਓਲੋਜੀ ਫਿਜਿਕਸ ਕੈਮਿਸਟਰੀ ਵਾਲਾ ਓਨਰ ਦੇ ਵਿੱਚ, ਲਾਈਫ ਸਾਇੰਸ ਦੇ ਵਿੱਚ ਜਾਂ ਬਾਇਓਟੈਕਨੋਲੋਜੀ, ਇੰਡਸਟਰੀਅਲ ਮਾਈਕਰੋਲੋਜੀ, ਬਾਇਓਕੈਮਿਸਟਰੀ, ਇਹ ਸਾਰੇ ਅਪਲਾਈ ਕਰਨ ਦੇ ਯੋਗ ਨੇ। BEd ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ। ਉਹਦੇ ਵਿੱਚ ਦੋਸਤੋ ਮਾਸਟਰ ਕੈਡਰ ਦੀਆਂ ਸ਼ਰਤਾਂ ਉਹੀ ਨੇ, ਜੋ ਵੀ ਪੇਪਰ ਹੈ 2 ਸਬਜੈਕਟ ਦੇਣੇ ਜ਼ਰੂਰੀ ਨੇ, 75-75 ਦਾ ਹੋਵੇਗਾ। ਨੈਕਸਟ ਦੋਸਤੋ ਗੱਲ ਕਰਦੇ ਹਾਂ ਹੁਣ ਇੰਗਲਿਸ਼ ਦੀ। ਇੰਗਲਿਸ਼ ਦੀਆਂ ਜੋ ਅਸਾਮੀਆਂ ਨੇ ਟੋਟਲ 880 ਨੇ, ਸਭ ਤੋਂ ਵੱਧ ਇੰਗਲਿਸ਼ ਦੀਆਂ ਹੀ ਨਿਕਲੀਆਂ ਨੇ। ਇਹਦੇ ਵਿੱਚ 343 ਜਨਰਲ ਦੀਆਂ ਅਤੇ ਬਾਕੀ ਵੰਡ ਕੀਤੀ ਗਈ ਹੈ। ਇਹਦੇ ਵਿੱਚ ਵਿੱਦਿਅਕ ਯੋਗਤਾ ਦੋਸਤੋ ਉਹੀ ਤੁਹਾਨੂੰ ਦੱਸਿਆ ਹੈ, ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, BA ਓਨਰ ਅਤੇ BEd ਇੰਗਲਿਸ਼ ਸਬਜੈਕਟ ਦੇ ਵਿੱਚ ਹੋਣੀ ਜ਼ਰੂਰੀ ਹੈ। ਅਤੇ ਮੈਥੇਮੈਟਿਕਸ ਦਾ ਸ਼ਾਇਦ ਰਹਿ ਗਿਆ, ਮੈਥੇਮੈਟਿਕਸ ਦਾ ਵੀ ਦੇਖ ਲਓ। ਮੈਥੇਮੈਟਿਕਸ ਦੀਆਂ 450 ਵਕੈਂਸੀਆਂ ਨੇ, ਇਹਦੇ ਵਿੱਚ 176 ਜਨਰਲ ਦੀਆਂ, 45-45 ਕੈਟਾਗਰੀ ਵਾਈਜ਼ ਨੇ। ਅਤੇ ਦੋਸਤੋ ਇਹ ਜ਼ਰੂਰੀ ਇਨਫੋਰਮੇਸ਼ਨ ਸੀ, ਮੈਨੂੰ ਉਮੀਦ ਆ ਤੁਸੀਂ ਨੋਟ ਕਰ ਲਿਆ ਹੋਣਾ।
ਅਤੇ ਜੇ ਕਿਸੇ ਨੂੰ ਇਹਦਾ PDF ਚਾਹੀਦਾ ਨੋਟੀਫਿਕੇਸ਼ਨ ਦਾ ਤਾਂ ਮੈਨੂੰ ਤੂੰ ਮੰਗਵਾ ਸਕਦਾ ਹੈ। ਅਤੇ ਦੋਸਤੋ ਐਂਡ ਵਿੱਚ ਗੱਲ ਕਰਦੇ ਹਾਂ ਹੁਣ ਜੋ ਨੋਟਸ ਦੀ ਗੱਲ ਕਰ ਰਿਹਾ ਸੀ ਮੈਂ, ਮੇਰਾ ਮੋਬਾਈਲ ਨੰਬਰ ਹੈ 9462460714, ਅਤੇ ਇੱਥੇ ਮੈਨੂੰ ਤੁਸੀਂ ਵਟਸਐਪ ਕਰ ਸਕਦੇ ਹੋ। ਅਤੇ ਕਾਫੀ ਮੇਰੇ ਦੋਸਤ ਡਿਮਾਂਡ ਕਰ ਰਹੇ ਨੋਟਸ ਦੀ, ਅਤੇ ਜਿਹਨੇ ਮੇਰੇ ਸੱਜਣਾ ਨੋਟਸ ਚਾਹੀਦੇ ਨੇ ਲੈ ਸਕਦੇ ਨੇ, ਫੀਸ ਤੁਹਾਨੂੰ ਦੱਸੀ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਇਹਨੂੰ ਲੈ ਸਕਦੇ ਹੋ। ਅਤੇ ਬਾਕੀ ਦੇਖ ਲਓ ਬੈਕ ਆਉਂਦੇ ਆ, ਨੋਟੀਫਿਕੇਸ਼ਨ ਫਿਲਹਾਲ ਇਹੀ ਹੈ, ਅਜੇ ਇਹਨਾਂ ਦਾ ਪ੍ਰੋਸੈਸ ਸਟਾਰਟ ਨਹੀਂ ਹੋਇਆ। ਲੇਟੈਸਟ ਰਿਕਰੂਟਮੈਂਟ ਕਰੀਕੁਲਰ ਹੀ ਆਇਆ, ਬਾਕੀ ਦਾ ਜੋ ਪੋਰਟਲ ਹੈ ਉਹ ਜੇ ਬਣੇਗਾ। ਅਤੇ ਦੋਸਤੋ ਬੜੀ ਹੀ ਜ਼ਰੂਰੀ ਸੂਚਨਾ ਸੀ, ਅਤੇ ਜ਼ਿਆਦਾ ਤੋਂ ਜ਼ਿਆਦਾ ਮੇਰੇ ਮਿੱਤਰਾਂ ਨੂੰ ਸ਼ੇਅਰ ਕਰੋ ਤਾਂ ਕਿ ਉਹਦਾ ਲਾਹਾ ਲੈ ਸਕਣ। ਥੈਂਕ ਯੂ।